सत श्री अकाल दोस्तों, तुसी देख रहे हो नैचुरल विजन सेंटर पटियाला। असी मौजूद हाँ डॉक्टर विरक उन्हां दे कोल, जिन्हें तुसी सब जानते हो कि वह मरीज़ आउंदे ने जिन्हां दी अखां दी रोशनी जा चुकी है जां फिर घट आ। अजिहे इत्थे मरीज़ आए हुए ने, असी उन्हां दे नाल गल्लबात करांगे कि आखिर उन्हां दे विच किस तरीके की इंप्रूवमेंट आई है डॉक्टर विरक उन्हां तों इलाज कराउण तों बाद। सो गल करदे हां जी। मैम सब तो पहला अपना नाम दसो ते कित्थे आए हो? मेरा नाम रुपिंदर कौर है जी। कित्थों आए हो जी? फिरोजपुर जीरे जी। जी पहला इस तो पहला कदों आए सी तुसी ते डॉक्टर विरक जी उन्हां तों नाल? किस तरीके दे नाल उन्हां ने इलाज कीता ते किस तरीके दी इंप्रूवमेंट थोड़े विच आई है? ਅਸੀਂ ਮਹੀਨਾ ਕੁ ਆਏ ਸੀ ਜੀ ਪਹਿਲਾਂ। ਅੱਛਾ, ਮਹੀਨਾ ਪਹਿਲਾਂ ਆਏ ਸੀ? ਹਾਂਜੀ, ਫਿਰ ਐਨਕ ਲੱਗੀ ਸੀ, ਡੇਢ ਨੰਬਰ ਦੀ ਸੀ ਜੀ। ਇਹਨਾਂ ਨੂੰ ਵਿਖਾਇਆ ਅਤੇ ਮੁੜ ਕੇ ਡੱਕ ਚੁੱਕੀ, ਐਨਕ ਉੱਤਰ ਚੁੱਕੀ ਹੈ। ਉੱਤਰ ਚੁੱਕੀ ਹੈ। ਠੀਕ ਹੈ, ਅਤੇ ਪਹਿਲਾਂ ਕਿਸ ਤਰੀਕੇ ਦੀ ਨਿਗਾਹ ਸੀ ਤੁਹਾਡੀ? ਤੁਹਾਨੂੰ ਐਨਕਾਂ ਤੋਂ ਬਿਨਾਂ ਦਿਖਦਾ ਨਹੀਂ ਸੀ ਜਾਂ ਕਿਵੇਂ ਦੀ ਸੀਗੀ? ਦੂਰੋਂ ਦਿਸਦਾ ਨਹੀਂ ਸੀ ਜੀ। ਦੂਰੋਂ ਨਹੀਂ ਦਿਖ? ਸਿਰ ਦਰਦ ਕਰਦਾ ਸੀ ਜੀ ਬਹੁਤ। ਅੱਛਾ, ਠੀਕ ਹੈ ਜੀ। ਬਿਨਾਂ ਐਨਕ ਤੋਂ ਬਿਨਾਂ ਬਿਲਕੁਲ ਨਜ਼ਰ ਨਹੀਂ ਆਉਂਦਾ ਸੀ? ਹਾਂਜੀ, ਨਹੀਂ। ਕਿਵੇਂ ਦਾ ਦਿਖਦਾ ਸੀਗਾ ਤੁਹਾਨੂੰ? ਧੁੰਦਲਾ ਦਿਖਦਾ ਸੀ ਜੀ। ਜਿਵੇਂ ਕਿ ਅਸੀਂ ਦੇਖਿਆ ਤੁਹਾਡੇ ਬੱਚੇ ਵੀ ਹੈਗੇ ਨੇ, ਕਾਫੀ ਸਾਰੀਆਂ ਪਰੇਸ਼ਾਨੀਆਂ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ, ਤੁਸੀਂ ਵਿਆਹੇ ਹੋਏ ਹੋ, ਤੁਹਾਡੇ ਇੱਕ ਬੱਚਾ ਵੀ ਹੈਗਾ, ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਅੱਖਾਂ ਮੇਨ ਹਿੱਸਾ ਹੁੰਦੀਆਂ ਨੇ ਆਪਣੇ ਸਰੀਰ ਦਾ। ਜੇ ਅੱਖਾਂ ਦੇ ਵਿੱਚ ਹੀ ਰੋਸ਼ਨੀ ਨਹੀਂ ਹੁੰਦੀ ਤਾਂ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਕਿਸ ਤਰੀਕੇ ਦੀਆਂ ਪਰੇਸ਼ਾਨੀਆਂ ਤੁਹਾਨੂੰ ਫੇਸ ਕਰਨੀਆਂ ਪਈਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ? ਅੱਖਾਂ ਤੋਂ ਬਿਨਾਂ ਬਹੁਤ ਔਖਾ ਹੁੰਦਾ ਜੀ। ਹਾਂਜੀ, ਦਿਸਦਾ ਨਹੀਂ ਸੀ ਕੁਛ, ਅੱਖਾਂ ਤੋਂ ਸਿਰ ਦਰਦ ਕਰਦਾ ਸੀ ਜੀ। ਹਾਂਜੀ, ਫਿਰ ਅਸੀਂ ਡਾਕਟਰ ਕੋਲ ਆਏ ਅਸੀਂ ਜੀ, ਇਸ ਤੋਂ ਧੰਨਵਾਦ ਕਰਦੇ ਹਾਂ ਜੀ। ਜੀ 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 ਡਾਕਟਰ ਵਿਰਕ ਉਹਨਾਂ ਦਾ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਡਾਕਟਰ ਵਿਰਕ ਜੀ ਹੁਣ ਇਸ ਤਰੀਕੇ ਦੇ ਨਾਲ ਅੱਖਾਂ ਦਾ ਚੈੱਕਅਪ ਕਰਦੇ ਨੇ ਅਤੇ ਉਹਨਾਂ ਦੇ ਕੋਲ ਜਾ ਕੇ ਮਰੀਜ਼ ਸੈੱਟ ਹੋ ਰਹੇ ਨੇ? ਕੀ ਤੁਹਾਨੂੰ ਯੂਟਿਊਬ ਤੋਂ ਪਤਾ ਲੱਗਿਆ ਜਾਂ ਫਿਰ ਕਿਸੇ ਨੇ ਦੱਸਿਆ? ਹਾਂਜੀ, ਯੂਟਿਊਬ ਤੋਂ ਪਤਾ ਲੱਗਿਆ। ਹਾਂਜੀ, ਦੱਸਿਆ ਵੀ ਸੀ ਕਿਸੇ? ਠੀਕ ਹੈ, ਹਾਂਜੀ ਠੀਕ ਹੈ। ਉਹਨਾਂ ਲੋਕਾਂ ਨੂੰ, ਤਮਾਮ ਮਰੀਜ਼ਾਂ ਨੂੰ ਕੀ ਕਹਿਣਾ ਚਾਹੋਗੇ, ਕੀ ਸੰਦੇਸ਼ ਦੇਣਾ ਚਾਹੋਗੇ ਜੋ ਇਸ ਵਕਤ ਘਰ ਬੈਠੇ ਨੇ, ਜਿਨ੍ਹਾਂ ਦੀ ਨਿਗਾਹ ਦੀ ਨਿਗਾਹ ਜਾ ਚੁੱਕੀ ਹੈ ਜਾਂ ਫਿਰ ਜਿਨ੍ਹਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਫੇਸ ਕਰ ਰਹੇ ਨੇ, ਉਹ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ? ਉਹਨਾਂ ਲਈ ਕਹਿਣਾ ਚਾਹੂੰਗਾ ਵੀ ਇੱਥੇ ਆਉਣ ਜੀ, ਅਤੇ ਨਿਗਾਹ ਚੈੱਕ ਕਰਾਉਣ ਅਤੇ ਠੀਕ ਹੋ ਜਾਣ ਜੀ। ਜੀ ਜੀ, ਇਹੀ ਕਹਿੰਦੇ ਹਾਂ ਜੀ। ਡਾਕਟਰ ਵਿਰਕ ਦੇ ਲਈ ਦੋ ਸ਼ਬਦ ਕੀ ਕਹਿਣਾ ਚਾਹੋਗੇ? ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਠੀਕ ਠੀਕ। ਸੋ ਇਹ ਮਰੀਜ਼ ਸਨ ਜਿਨ੍ਹਾਂ ਦੇ ਐਨਕ ਲੱਗੀ ਹੋਈ ਸੀ ਪਹਿਲਾਂ ਡੇਢ ਨੰਬਰ ਦੀ, ਹਾਲਾਂਕਿ 3 ਨੰਬਰ ਦੀ ਐਨਕ ਹੋ ਚੁੱਕੀ ਸੀ ਇੱਕ ਮਹੀਨਾ ਪਹਿਲਾਂ। ਇਹਨਾਂ ਨੇ ਡਾਕਟਰ ਵਿਰਕ ਉਹਨਾਂ ਦੇ ਕੋਲ ਵਿਜ਼ਿਟ ਕੀਤਾ ਅਤੇ ਅੱਜ ਇਹਨਾਂ ਦੀ ਨਿਗਾਹ ਹੈ ਜੋ ਵੱਧ ਚੁੱਕੀ ਹੈ ਅਤੇ ਨਾਲ ਦੀ ਨਾਲ ਜੋ ਐਨਕ ਸੀਗੀ ਉਹ ਵੀ ਉੱਤਰ ਚੁੱਕੀ ਹੈ। ਅਤੇ ਡਾਕਟਰ ਵਿਰਕ ਜੀ ਸਾਡੇ ਨਾਲ ਦੀਆਂ ਸੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕਿਸ ਤਰੀਕੇ ਦੀ ਇੰਪਰੂਵਮੈਂਟ ਆਈ ਹੈ। ਅਤੇ ਡਾਕਟਰ ਵਿਰਕ ਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਵਿਰਕ ਜੀ, ਕਿਸ ਤਰੀਕੇ ਦੀ ਪ੍ਰੋਬਲਮ ਸੀਗੀ ਜੀ ਇਹਨਾਂ ਨੂੰ, ਇਹਨਾਂ ਦੀ ਐਨਕ ਲੱਗੀ ਹੋਈ ਸੀਗੀ? ਜਦੋਂ ਆਏ ਸੀ ਇਹਨਾਂ ਨੂੰ ਡੇਢ ਨੰਬਰ ਦੀ ਐਨਕ ਲੱਗੀ ਸੀ, ਡੇਢ ਨੰਬਰ 'ਚੋਂ ਜਾਣੀ 6x18 ਤਕਰੀਬਨ 50% ਦਿੱਤਾ ਸੀ ਜੀ, ਅਤੇ ਉਹ ਨੰਬਰ ਵੱਧ ਕੇ ਜਦੋਂ ਚੈੱਕ ਕੀਤਾ 3 ਹੋਇਆ ਪਿਆ ਸੀ, ਅਤੇ ਅਸੀਂ ਇਹਨਾਂ ਨੂੰ ਇਲਾਜ ਸ਼ੁਰੂ ਕੀਤਾ ਅਤੇ ਵਾਹਿਗੁਰੂ ਕਿਰਪਾ ਕੀਤੀ ਅਤੇ ਇਹਨਾਂ ਦੀ ਪਹਿਲੇ ਹੀ ਦਿਨ 6x6 ਵਿਜ਼ਨ ਹੋ ਗਿਆ। ਜਦਕਿ ਜਦ ਇਹਨਾਂ ਨੂੰ 6x60 ਯਾਨੀ ਕਿ ਇੱਕ ਅਕਸਰ ਵੀ ਨਹੀਂ ਦਿਸਦਾ ਸੀ ਜੀ, ਬਿਲਕੁਲ ਇਹ ਆਪਣੇ ਸਾਹਮਣੇ ਬੈਠੇ ਆ, ਉਹ ਇਹ ਇਹਨਾਂ ਦੇ ਘਰ ਵਾਲਾ ਜੀ ਬੈਠੇ ਆ, ਜੋ ਮਰਜ਼ੀ ਇਹਨਾਂ ਤੋਂ ਪੁੱਛ ਸਕਦੇ ਹੋ, ਝੂਠ ਗੱਲ ਹੋਵੇ ਉਸ ਗੱਲ ਦੀ ਆਪਣੀ ਜ਼ਿੰਮੇਵਾਰੀ ਹੈ, ਅਤੇ ਜਿਹੜੇ ਅਮਰਧਾਰੀ ਪਰਿਵਾਰ ਹੈ ਜੀ, ਬਿਲਕੁਲ ਬਿਲਕੁਲ ਜਿਹੜੇ ਵੀ ਮਰੀਜ਼ ਇੱਦਾਂ ਦੇ ਹੈ ਨੇ, ਅਗਰ ਉਹਨਾਂ ਨੂੰ ਪ੍ਰੋਬਲਮ ਵੱਧ ਰਹੀ ਹੈ ਤਾਂ ਇੱਕ ਵਾਰੀ ਜ਼ਰੂਰ ਆ ਕੇ ਮਿਲ ਸਕਦੇ ਨੇ ਅਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਵਾਹਿਗੁਰੂ ਚਾਹੇ ਬਿਲਕੁਲ ਠੀਕ ਹੋਣ ਜੀ। ਡਾਕਟਰ ਸਾਹਿਬ ਇੱਕ ਗੱਲ ਹੋਰ ਜਾਣਨੀ ਚਾਹਾਂਗੇ ਕਿ ਕਿੰਨੀ ਦੇਰ ਤੋਂ ਇਹਨਾਂ ਨੂੰ ਇਸ ਤਰੀਕੇ ਦੀ ਪ੍ਰੋਬਲਮ ਆ ਰਹੀ ਸੀਗੀ? ਇਹ 4 ਸਾਲਾਂ ਤੋਂ ਪ੍ਰੋਬਲਮ ਸੀ ਇਹਨਾਂ ਦੀ ਜੀ, ਅਤੇ ਉਸ ਤੋਂ ਬਾਅਦ ਐਨਕ ਨਾਲ ਸਿਰ ਦਰਦ ਕਰਦਾ ਸੀ, ਅੱਖਾਂ 'ਚ ਪਾਣੀ, ਖਾਰਸ਼ ਵਗੈਰਾ ਥੋੜ੍ਹਾ ਬਹੁਤ ਚੱਲਦਾ ਰਹਿੰਦਾ, ਅਤੇ ਐਨਕ ਤੋਂ ਬਿਨਾਂ ਤਾਂ ਬਿਲਕੁਲ ਨਹੀਂ ਦਿਸਦਾ, ਅਤੇ ਐਨਕ ਦੇ ਨਾਲ ਵੀ 50% ਦਿਸਦਾ ਸੀ। ਅੱਜ ਪਹਿਲੇ ਹੀ ਦਿਨ ਸਾਡੇ ਸੈਂਟਰ ਦੇ ਇਲਾਜ ਨਾਲ ਇਹ 100% ਦੇ ਕਰੀਬ ਠੀਕ ਹੋ ਗਏ, ਅਤੇ ਮੈਨੂੰ ਬਹੁਤ ਖੁਸ਼ੀ, ਵਾਹਿਗੁਰੂ ਨੇ ਕਿਰਪਾ ਕੀਤੀ, ਇਹ ਬਿਲਕੁਲ ਤੰਦਰੁਸਤ ਹੋ ਗਏ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਧੰਨਵਾਦ ਜੀ। ਮੇਰਾ ਨਾਮ ਸੁਖਵੰਤ ਸਿੰਘ ਆ ਅਤੇ ਪਿੰਡ ਸਾਡਾ ਹੈਗਾ ਬੇਰੀ ਕਦਰਾਬਾਦ, ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਜੀਰਾ ਜੀ। ਮੇਰੀ ਵਾਈਫ ਦੀ ਐਨਕ ਲੱਗੀ ਸੀ ਤਕਰੀਬਨ 4 ਸਾਲ ਹੋ ਗਏ ਸੀ ਜੀ, ਪੈਸੇ ਹੋ ਸਕਦਾ ਨਿਗਾਹ ਪੁਰਾਣੀ ਖਰਾਬ ਹੋਵੇ ਜੀ, ਪਰ ਸਾਨੂੰ ਡਾਕਟਰ ਸਾਹਿਬ ਬਾਰੇ ਪਤਾ ਲੱਗਾ ਜੀ ਜੀ ਜੀ, ਯੂਸੁਫ ਤੋਂ ਬਾਕੀ ਦਿੱਲੀ ਪੁੱਛਿਆ ਸੀ ਮੰਗਲਾ ਸਾਹਿਬ ਦੀ ਹੈਗੀ ਗਰੰਟੀ, ਉਹਨਾਂ ਨੇ ਸਾਨੂੰ ਦੱਸਿਆ ਜੀ, ਮੈਂ ਕਹਿੰਦਾ ਦਿੱਲੀ ਦਿਖਾਉਣਾ, ਕਹਿੰਦੇ ਦਿੱਲੀ ਦੀ ਲੋੜ, ਕਹਿੰਦੇ ਵੀ ਇੱਥੇ ਤੁਸੀਂ ਪਟਿਆਲੇ, ਕਹਿੰਦੇ ਡਾਕਟਰ ਵਿਰਕ ਸਾਹਿਬ ਨੂੰ ਦਿਖਾਓ। ਠੀਕ ਹੈ ਠੀਕ, ਇਸ ਤੋਂ ਪਹਿਲਾਂ ਵੀ ਕਈ ਡਾਕਟਰਸ ਜਾਂ ਹਸਪਤਾਲ ਤੁਸੀਂ ਗਏ ਹੋਵੋਗੇ ਇਲਾਜ ਦੇ ਜਾਂ ਕੋਸ਼ਿਸ਼ ਕੀਤੀ ਹੋਵੇਗੀ? ਇੱਕ ਹੈਗੇ ਕੋਟਕਪੂਰੇ ਜੀ ਤੇ ਇੱਕ ਫਰੀਦਕੋਟ, ਦੋਵਾਂ ਥਾਂ 'ਤੇ ਦਿਖਾਇਆ ਸੀ ਜੀ, ਬਟ ਕੋਈ ਸੋਲੂਸ਼ਨ ਨਹੀਂ ਹੋ ਪਾਇਆ,
ਨਾਲ ਫਿਰ ਐਨਕੀ ਲੱਗੀ ਸੀ ਹੋਰ ਕੋਈ ਚਾਂਸ ਸੀ ਹੈ ਨਹੀਂ ਸੀ ਐਨਕ ਲੱਗਣ ਵਾਲਾ ਬਿਲਕੁਲ ਸੋ ਹੁਣ ਡਾਕਟਰ ਸਾਹਿਬ ਦੇ ਲਈ ਕੀ ਸ਼ਬਦ ਵਰਤਣਾ ਚਾਹੋਗੇ ਕਿਉਂਕਿ ਉਹਨਾਂ ਦੀ ਜੋ ਤੁਹਾਡੇ ਵਾਈਫ ਨੇ ਉਹਨਾਂ ਦੀ ਨਿਗਾਹ ਬਿਲਕੁਲ ਮੁਕੰਮਲ ਤੌਰ 'ਤੇ ਵਾਪਸ ਆ ਚੁੱਕੀ ਹੈ ਅਤੇ ਉਹਨਾਂ ਦੀ ਐਨਕ ਵੀ ਉੱਤਰ ਚੁੱਕੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਦਾ ਕਿ ਇਹੋ ਜਿਹੇ ਡਾਕਟਰ ਸਾਹਿਬ ਤਾਂ ਰੱਬ ਦਾ ਰੂਪ ਨੇ ਅਤੇ ਕੋਸ਼ਿਸ਼ ਕਰਦੇ ਸਾਡੀ ਬੇਨਤੀ ਇਹ ਵੀ ਸੰਸਾਰ ਦੇ ਅੱਗੇ ਇੰਨੇ ਲੋਕ ਤੁਰੇ ਫਿਰਦੇ ਨੇ ਇੱਥੇ ਡਾਕਟਰ ਸਾਹਿਬ ਦੇ ਕੋਲ ਆਉਣ ਅਤੇ ਇੰਨਾ ਨਿਗਾਹ ਤੋਂ ਬਗੈਰ ਗੱਲ ਹੀ ਨਹੀਂ ਕੋਈ ਬਣਦੀ ਖਾਲੀ ਹੈ ਨਹੀਂ ਕੋਈ ਬਿਲਕੁਲ ਧੰਨਵਾਦ ਠੀਕ ਸੋ ਸੋ ਤੁਸੀਂ ਦੇਖਿਆ ਇਹ ਜੋੜਾ ਆ ਜੋ ਫਿਰੋਜ਼ਪੁਰ ਤੋਂ ਆਇਆ ਅਤੇ ਉਹਨਾਂ ਦੀ ਨਿਗਾਹ ਆ ਜੋ ਇਹਨਾਂ ਦੇ ਵਾਈਫ ਨੇ ਇਹਨਾਂ ਦੀ ਨਿਗਾਹ ਜੋ ਵਾਪਸ ਆ ਚੁੱਕੀ ਹੈ ਐਨਕ ਲੱਗੀ ਹੋਈ ਸੀਗੀ ਹਾਲਾਂਕਿ ਡੇਢ ਨੰਬਰ ਦੀ ਐਨਕ ਲੱਗੀ ਸੀਗੀ ਬਾਅਦ ਦੇ ਵਿੱਚ ਡਾਕਟਰ ਸਾਹਿਬ ਉਹਨਾਂ ਨੇ ਡਾਕਟਰ ਵਿਰਕ ਜੀ ਨੇ ਚੈੱਕਅਪ ਕੀਤਾ ਤਾਂ 3 ਨੰਬਰ ਦੀ ਐਨਕ ਨਿਕਲੀ ਤਾਂ ਹੁਣ ਉਹ ਐਨਕ ਵੀ ਰਿਮੂਵ ਹੋ ਚੁੱਕੀ ਹੈ ਸੋ 1 ਮਹੀਨਾ ਪਹਿਲਾਂ ਆਏ ਸੀ ਅਤੇ ਅੱਜ ਇਹਨਾਂ ਦੀ ਇਹ 2nd ਵਿਜ਼ਿਟ ਹੈ ਅਤੇ 1 ਮਹੀਨੇ ਦੇ ਵਿੱਚ ਇਹਨਾਂ ਦੀ ਇਸ ਤਰੀਕੇ ਦੀ ਇੰਪਰੂਵਮੈਂਟ ਆਈ ਹੈ ਇਹਨਾਂ ਦੀ ਐਨਕ ਉੱਤਰ ਚੁੱਕੀ ਹੈ ਅਤੇ ਇਹਨਾਂ ਦੀ ਜੋ ਨਿਗਾਹ ਆ ਜੋ ਘੱਟ ਸੀ ਉਹ ਵੱਧ ਚੁੱਕੀ ਹੈ ਸੋ ਜੇਕਰ ਤੁਸੀਂ ਵੀ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ ਜੇਕਰ ਤੁਹਾਡੀ ਵੀ ਨਿਗਾਹ ਘੱਟ ਹੈ ਨਿਗਾਹ ਬਣ ਨਹੀਂ ਪਾ ਰਹੀ ਐਨਕ ਲੱਗੀ ਹੋਈ ਹੈ ਤਾਂ ਡਾਕਟਰ ਵਿਰਕ ਉਹਨਾਂ ਦੇ ਜੋ ਸੈਂਟਰ ਹੈ ਨੈਚੁਰਲ ਵਿਜ਼ਨ ਸੈਂਟਰ ਪਟਿਆਲਾ ਜੋ ਕਿ ਸਰਹੰਦ ਮੇਨ ਰੋਡ ਦੇ ਉੱਤੇ ਸਥਿਤ ਹੈ ਉੱਥੇ 1 ਵਾਰੀ ਵਿਜ਼ਿਟ ਜ਼ਰੂਰ ਕਰੋ ਅਤੇ ਆਪਣਾ ਲਾਭ ਉਠਾਓ ਅਤੇ ਉਠਾ ਸਕਦੇ ਹੋ ਕਿਉਂਕਿ ਡਾਕਟਰ ਵਿਰਕ ਨੇ ਜੋ ਉਹ ਅੱਖਾਂ ਦਾ ਇਲਾਜ ਕਰਦੇ ਨੇ ਅਤੇ ਲੋੜਵੰਦਾਂ ਨੂੰ ਮੁਫਤ ਸਹਾਇਤਾ ਵੀ ਦਿੰਦੇ ਨੇ ਸੋ ਤੁਸੀਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਨੈਚੁਰਲ ਵਿਜ਼ਨ ਸੈਂਟਰ ਅਸੀਂ ਫਿਰ ਹੋਵਾਂਗੇ ਹਾਜ਼ਰ ਇਫ ਯੂ ਲਾਈਕ ਦਿਸ ਵੀਡੀਓ ਸਬਸਕ੍ਰਾਈਬ ਦ ਚੈਨਲ ਲਾਈਕ ਐਂਡ ਸ਼ੇਅਰ ਦਿਸ ਵੀਡੀਓ